ਗੱਲ ਨਿਊਜ਼ੀਲੈਂਡ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਆ ਸਟੂਡੈਂਟਸ ਦੇ ਬਹੁਤ سارے ਸਵਾਲ ਜਦੋਂ ਸਾਡੇ ਤੱਕ ਆਉਂਦੇ ਨੇ ਇੱਥੋਂ ਜ਼ਾਹਿਰ ਹੁੰਦਾ ਹੈ ਕਿ ਸਟੂਡੈਂਟਸ ਬਹੁਤ ਜਾਣਨਾ ਚਾਹੁੰਦੇ ਨੇ ਹੋਰ ਜ਼ਿਆਦਾ ਨਿਊਜ਼ੀਲੈਂਡ ਦੇ ਬਾਰੇ ਅਪਲਾਈ ਵੀ ਕਰਨਾ ਚਾਹੁੰਦੇ ਨੇ ਪਰ ਸ਼ਾਇਦ ਕਿਤੇ ਨਾ ਕਿਤੇ ਹਲੇ ਵੀ ਕੁਝ ਗੱਲਾਂ ਬਾਰੇ ਅਵੇਅਰ ਨਹੀਂ ਹੈ ਹੋਰ ਡੁੰਗਾਈ ਦੇ ਵਿੱਚ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਇਸੇ ਲਈ ਅਸੀਂ ਲੈ ਕੇ ਆਏ ਆ ਤਾਂ ਕਿ ਜਿਹੜੇ ਸਟੂਡੈਂਟਸ ਮਨ ਬਣਾ ਰਹੇ ਨੇ ਨਿਊਜ਼ੀਲੈਂਡ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ ਤਾਂ ਤੁਸੀਂ ਕਿਹੜੀਆਂ ਗੱਲਾਂ ਤੇ ਫੋਕਸ ਕਰਦੇ ਹੋਏ ਅੱਗੇ ਵਧੋ ਔਰ ਪ੍ਰੋਸੀਜਰ ਦੇ ਵਿੱਚ ਕਿਹੜੀ-ਕਿਹੜ फोकस करना बहुत ही ज़्यादा जरूरी है स्वागत है जी सारे का मैं हाँ हरजोत कौर और न्यूजीलैंड स्टडी वीज़ा लैके एक बार फिर तो, तो खास गल्ला साझिया करेंगे नेविगेटर्स ओवरसीज ऑफ वीज़ा एक्सपर्ट मिसिज वीना गोयल मैम साढ़े नाल ने बहुत बहुत स्वागत है मैम सत श्रीकाल सत श्रीकाल नमस्कार सारे ਜੀ ਮੈਮ ਸੋ ਤੁਸੀਂ ਪਹਿਲਾਂ ਵੀ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਸਟੂਡੈਂਟਸ ਨੂੰ ਅਵੇਅਰ ਕੀਤਾ ਹੈ ਪਰ ਅੱਜ ਮੈਂ ਇਹ ਗੱਲ ਕਰਨ ਜਾ ਰਹੀ ਹਾਂ ਕਿ ਸਟੂਡੈਂਟਸ ਦਾ ਇੰਟਰਸਟ ਤਾਂ ਨਜ਼ਰ ਆ ਰਿਹਾ ਹੈ ਪਰ ਕਿਤੇ ਨਾ ਕਿਤੇ ਫੰਡਸ ਨੂੰ ਲੈ ਕੇ ਵੀ ਤੁਹਾਡੇ ਸਟੂਡੈਂਟ ਕਨਫਿਊਜ਼ ਨਜ਼ਰ ਆ ਰਿਹਾ ਹੈ ਔਰ ਮੈਂ ਜ਼ਰੂਰ ਚਾਹੂੰਗੀ ਕਿ ਆਪਾਂ ਅੱਜ ਫੰਡਸ ਤੋਂ ਹੀ ਥੋੜੀ ਸ਼ੁਰੂਆਤ ਕਰੀਏ ਸਟੂਡੈਂਟਸ ਨੂੰ ਡਿਟੇਲ ਵਿੱਚ ਜ਼ਰੂਰ ਸਮਝਾਓ ਬਾਕੀ ਕਿਹੜੇ ਹੁਣ ਕਮਿੰਗ ਇਨਟੇਕ ਨੇ ਜਿੱਥੇ ਉਹ ਅਪਲਾਈ ਕਰ ਸਕਦੇ ਨੇ ਔਰ ਕੀ ਬੈਨੀਫਿਟਸ ਅੱਗੋਂ ਦੇ ਨਿਊਜ਼ੀਲੈਂਡ ਸਟੱਡੀ ਵੀਜ਼ ਹਰਜੋਤ ਅਦਾ ਕਿ ਆਪਣਾ ਇਹ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਿਹੜਾ ਤੁਸੀਂ ਬੁਲਾ ਰਹੇ ਹੋ ਐਂ ਬੱਚਿਆਂ ਨਾਲ ਬਣੋ ਮੌਕਾ ਦੇ ਰਹੇ ਹੋ ਗੱਲਬਾਤ ਕਰਨ ਦਾ ਇਟਸ ਯੂ نو ਵੈਰੀ ਗੁੱਡ ਔਰ ਸਟੂਡੈਂਟਸ ਤੇ ਜਦ ਪੇਰੈਂਟਸ ਦਾ ਫੋਨ ਆਂਦਾ ਆਈ ऍम ਆਲਵੇਸ ਹੈਪੀ ਮੈਨੂੰ ਬਹੁਤ ਖੁਸ਼ੀ ਹੁੰਦੀ ਉਸ ਚੀਜ਼ ਨੂੰ ਦੱਸਦੇ ਹੋਏ ਕਿਉਂਕਿ ਉਹ ਕਹਿੰਦੇ ਮੈਡਮ ਤੁਹਾਡਾ ਜਿਹੜਾ ਦੱਸਣਾ ਇੰਨਾ ਡਿਟੇਲਸ ਔਰ ਇੰਨੇ ਅੱਛੇ ਤਰ੍ਹਾਂ ਦੱਸਦੇ ਹੋ ਕਿ ਸਾਨੂੰ ਜਿਹੜਾ ਬੜਾ ਟਾਈਮ ਅਸੀਂ ਖਰਾਬ ਕਰਤਾ ਸੀ ਜਿਹੜਾ ਅਸੀਂ ਬਚ ਗਏ ਆ ਹੁਣ ਜਿਹੜੇ 22 ਪਾਸ ਆਊਟ ਵਾਲੇ ਬੱਚੇ ਆਪਾਂ ਵੀਡੀਓ ਚ ਦੱਸ ਰਹੇ ਆ ऑस्ट्रेलिया ਵਾਸਤੇ ਜਾਂ ਫਿਰ ਜਿਹੜੇ ਆਰਟਸ ਵਾਲੇ ਆ ਬੱਚੇ ਜਾਂ 21 ਵਾਲੇ ਬਾਈ ਚਾਂਸ ਕੋਈ ਹੋਰ ਡਿਸੀਜਨ ਨਹੀਂ ਲੈ ਸਕੇ ਤੇ ਨਿਊਜ਼ੀਲੈਂਡ ਦਾ ਬਿਲਕੁਲ ਸਹੀ ਸਮਾਂ ਹੈ ਅਪਲਾਈ ਕਰਨ ਦਾ ਬਿਲਕੁਲ ਨਾਲ ਦੀ ਕੰਟਰੀ ਹੈ ਵੈਸੇ ਵੀ ਕਹਿੰਦੇ ਆ ऑस्ट्रेलिया ਚ ਕੈਂਗਰੂ ਬਹੁਤ ਹੈ ਔਰ ਨਿਊਜ਼ੀਲੈਂਡ ਚ ਕੀਵੀ ਤੇ ਕੀਵੀ ਤੇ ਕੈਂਗਰੂ ਬ੍ਰਦਰਸ ਆ ਆਪਸ ਚ ਮਤਲਬ ਉਹਨਾਂ ਦਾ ਬਹੁਤ ਅੱਛਾ ਇੱਕ ਜਿੱਦਾਂ ਬਾਰਡਰਸ ਵੀ ਆਲਮੋਸਟ ਨਾਲ-ਨਾਲ ਹੀ ਹੈ ਔਰ ਜਦ ਬੱਚਾ ਨਿਊਜ਼ੀਲੈਂਡ 'ਚ ਪੜ੍ਹਾਈ ਖਤਮ ਕਰਕੇ ਜੌਬ ਚਾਹੇ ਆਸਟ੍ਰੇਲੀਆ ਵਿੱਚ ਲੈ ਲੇ ਉਹਨੂੰ ਪੀਆਰ ਵੀ ਮਿਲ ਜਾਂਦੀ ਹੈ ਔਰ ਜੌਬ ਵੀ ਅੱਛੀ ਮਿਲ ਜਾਂਦੀ ਹੈ ਜਾਂ ਇੱਥੋਂ ਪੀਆਰ ਲੈ ਕੇ ਆਸਟ੍ਰੇਲੀਆ ਸ਼ਿਫਟ ਹੋ ਸਕਦਾ ਹੈ ਬਿਲਕੁਲ ਨਾਲ ਦੀ ਕੰਟਰੀ ਹੈ ਔਰ ਕਲਾਈਮੇਟ ਵਾਈਜ਼ ਮੈਂ ਕਹੂੰਗੀ ਆਸਟ੍ਰੇਲੀਆ ਤੋਂ 100 ਟਾਈਮ ਬੈਟਰ ਹੈ ਨਿਊਜ਼ੀਲੈਂਡ ਹੁਣ ਤੁਸੀਂ ਗੱਲ ਆंदी ਕਿ ਹਰ ਚੀਜ਼ ਆਪਾਂ ਵੀਜ਼ਾ ਦੇ ਬਾਅਦ ਦੇ ਰਹਿਆਂ ਫੀਸ ਵੀਜ਼ਾ ਦੇ ਬਾਅਦ ਦੇ ਰਹਿਆਂ ਯੂਨੀਵਰਸਿਟੀ ਦੇ ਠੀਕ ਹੈ ਸਪਾਊਸ ਨਾਲ ਜਾ ਸਕਦਾ ਹਰ ਵੀਡੀਓ ਚ ਆਪਾਂ ਦੱਸਦੇ ਆਂ ਜੀ ਤੇ ਇਹਦੇ ਵਿੱਚ ਜਿਹੜਾ ਕਿ ਜਿਹੜਾ ਬੱਚੇ ਦਾ ਕੋਈ ਗੈਪ ਆ ਗਿਆ ਕੋਈ ਆਰਟਸ ਦਾ ਕਿਸੇ ਦਾ 5.5 ਬੈਂਡ ਆ ਗਿਆ ਤੇ ਨਿਊਜ਼ੀਲੈਂਡ ਨੂੰ ਕੋਈ ਨਖਰੇ ਨਹੀਂ ਆ ਬਸ ਫੰਡ ਜਿਹੜੇ ਆ ਉਛੇ ਮਹੀਨੇ ਪੁਰਾਣੇ ਚਾਹੀਦੇ ਆ ਹੁਣ ਉਹਦਾ ਕੀ ਸੋਲੂਸ਼ਨ ਹੈ ਬੈਂਕ ਅੱਜ ਕੱਲ ਲੋਨ ਬਹੁਤ इजीली ਦੇ ਰਿਹਾ ਹੈ ਪਹਿਲੇ ਸਿਕਿਉਰਡ ਲੋਨ ਹੁੰਦਾ ਸੀ ਉਹ ਅਨਸਿਕਿਉਰਡ ਲੋਨ ਵੀ ਕਰ ਰਿਹਾ ਅਨਸਿਕਿਉਰਡ ਲੋਨ ਕੇ ਬਿਨਾ ਪ੍ਰਾਪਰਟੀ ਪਲੇਜ ਕਿਤੇ ਇਹ ਬਹੁਤ ਇੱਕ ਅੱਛਾ ਪੁਆਇੰਟ ਹੈ ਸਟੂਡੈਂਟਸ ਵਾਸਤੇ ਤੇ ਤੁਸੀਂ ਜਿਹੜਾ ਨਿਊਜ਼ੀਲੈਂਡ ਜਾਣਾ ਤੇ 100% ਲੋਨ ਲੈ ਕੇ ਵੀ ਜਾ ਸਕਦੇ ਹੋ ਜੇ 6 ਮਹੀਨੇ ਪੁਰਾਣੇ ਫੰਡ ਨਹੀਂ ਹੈ ਤੇ ਉਸੇ ਇਹ ਦੇਖੋ ਕੈਨੇਡਾ ਵਾਸਤੇ ਅਸੀਂ ਜਦ ਅਪਲਾਈ ਕਰ ਰਹੇ ਹਾਂ ਤੇ ਸਾਡੇ ਕੋਲ ਇਹ ਤਾਂ ਮੇਨ ਟੇਕ ਹੈ ਜਾਂ ਸੈਪਟੈਂਬਰ ਇੰਟੇਕ ਹੈ ਇੱਥੇ ਜੇ ਤੁਹਾਡੇ ਕੋਲ 6 ਮਹੀਨੇ ਪੁਰਾਣੇ ਫੰਡ ਨਹੀਂ ਆ ਤੁਸੀਂ ਜੁਲਾਈ ਦਾ ਆਫਰ ਲੈਟਰ ਮੰਗਵਾਇਆ ਤਾਂ ਵੀ 6 ਮਹੀਨੇ ਪੁਰਾਣੇ ਫੰਡ ਹੋ ਜਾਣੇ ਆ ਬਿਲਕੁਲ ਜੇ ਬਾਈ ਚਾਂਸ ਉਹ ਵੀ ਨਹੀਂ ਹਨ ਨੇ ਤੁਸੀਂ ਲੋਨ ਲੈ ਲਓ ਤੇ ਇਸ ਤੋਂ ਜ਼ਿਆਦਾ ਹੋਰ ਕੀ ਤੁਹਾਨੂੰ ਹੋਰ ਕੀ ਫੈਸਿਲਿਟੀ ਚਾਹੀਦੀਆਂ ਔਰ ਦੇਣਾ ਵੀ ਸਾਰਾ ਜਿਹੜਾ ਪੈਸਾ ਯੂਨੀਵਰਸਿਟੀ ਨੂੰ ਵੀਜ਼ੇ ਦੇ ਬਾਅਦ ਦੇਣਾ ਹੈ ਤੁਸੀਂ ਜਿਹੜੇ ਕੋਰਸਸ ਲੈਣੇ ਆ ਉਹ ਜ਼ਰੂਰ ਇਨ ਡਿਮਾਂਡ ਲੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਜੌਬ ਮਿਲੇ ਪੋਸਟ ਸਟਡੀ ਵਰਕ ਪਰਮਿਟ ਤੁਹਾਨੂੰ ਲੰਬਾ ਮਿਲੇ ਜੇ ਉਹ ਮੇਰੇ ਕੋਲ ਹਰ ਵੀਡੀਓ ਚ ਅਪਾ ਦੱਸ ਰਹੇ ਆ ਕਿ ਗ੍ਰੀਨ ਲੀਜ ਦੇ ਕੋਰਸ ਜਾਂ ਹਸਪਿਟੈਲਿਟੀ ਮੈਨੇਜਮੈਂਟ ਦੇ ਕੋਰਸ ਜਿਹਦੇ ਵਿੱਚ ਪੜਾਈ ਕਰਦੇ ਕਰਦੇ ਜੌਬ ਲੱਗ ਜਾਂਦੀ ਹੈ ਠੀਕ ਹੈ ਤੁਸੀਂ ਉਹੋ ਜੇ ਕੋਰਸ ਲੋ ਜਿਹੜੇ ਇਨ ਡਿਮਾਂਡ ਹੈ ਹੁਣ ਜੇ ਗ੍ਰੈਜੂਏਸ਼ਨ 3 ਇਅਰ ਦੀ ਹੈ ਤਾਂ 3 ਇਅਰ ਦਾ ਹੀ ਪੋਸਟ ਸਟਡੀ ਵਰਕ ਪਰਮਿਟ ਆ ਮਾਸਟਰ ਜਸ ਸਵਾ ਡੇਢ ਸਾਲ ਦੀ ਹੈ ਉਹਦੇ ਨਾਲ 3 ਇਅਰ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ ਫੀਸਾਂ ਬਹੁਤ ਕੰਫਰਟੇਬਲ ਹੈ 25000 ਡਾਲਰ ਤੋਂ ਲੈ ਕੇ 30000 35000 ਡਾਲਰ ਡਿਪੈਂਡ ਕਰਦਾ ਕੋਰਸ ਦੇ ਉੱਪਰ 25000 ਡਾਲਰ ਦਾ ਮਤਲਬ ਤੁਹਾਡਾ ਕੀ ਹੋ ਗਿਆ 12 13 ਲੱਖ ਦੀ ਫੀਸ ਹੈ ਸਾਲ ਦੀ ਬਹੁਤ ਕੰਫਰਟੇਬਲ ਫੀਸ ਹੈ ਇਸ ਤੋਂ ਜ਼ਿਆਦਾ ਕੰਫਰਟੇਬਲ ਆਈ ਡੋਨਟ ਥਿੰਕ ਐਨੀ ਕੰਟਰੀ ਕੈਨ ਗਿਵ ਯੂ ਪਰ ਉਹ ਵੀ ਵੀਜ਼ਾ ਦੇ ਬਾਅਦ ਯੂ ਹੈਵ ਟੂ ਪੇ ਨਾਟ ਬਿਫੋਰ ਥੈਟ ਖਾਲੀ ਇੱਕ ਪੀਸੀਸੇ ਦੇਣੀ ਹੈ ਇੱਕ ਮੈਡੀਕਲ ਦੇਣਾ ਐਂਡ ਯੂ ਕੈਨ ਲਾਸ ਯਰ ਫਾਈਲ ਵਿਦ 100% ਲੋਨ ਵਿਦ ਇਨਕਮ ਟੈਕਸ ਰਿਟਰਨ ਥੀਸ ਆਹ ਥੀਸ ਆਲ ਦਾ ਆਰ ਦਾ ਓਨਲੀ ਡਾਕੂਮੈਂਟਸ ਵਾਟ ਵੀ ਨੀਡ ਫਰਮ ਯੂ ਜੀ ਖਾਲੀ ਸਾਨੂੰ ਇਹੀ ਡਾਕੂਮੈਂਟਸ ਚਾਹੀਦੇ ਆ ਬਿਲਕੁਲ ਬਿਲਕੁਲ ਸੋ ਸਟੂਡੈਂਟਸ ਜਿਹੜੇ ਸੋਚਦੇ ਨੇ ਕਿ ਸ਼ਾਇਦ ਫੰਡ ਦਾ ਜੋੜਾ ਪ੍ਰੋਸੈਸ ਤਾਂ ਕਾਫੀ ਔਖਾ ਹੈ ਸੋ ਮੈਮ ਨੇ ਦੱਸਿਆ ਤੁਹਾਨੂੰ ਜਿਸ ਢੰਗ ਨਾਲ ਅਗਰ ਤੁਸੀਂ ਇਸੇ ਢੰਗ ਨਾਲ ਲੱਗੇ ਵਧਦੇ ਤਾਂ ਬਹੁਤ इजीली ਤੁਸੀਂ ਆਪਣੇ ਫੰਡ ਦਾ ਪ੍ਰोसीजर ਜੋ ਹੈ ਕੰਪਲੀਟ ਕਰ ਸਕਦੇ ਹੋ ਸੋ ਮੈਨੂੰ ਪੂਰੀ ਉਮੀਦ ਹੈ ਸਟੂਡੈਂਟਸ ਜਿਹੜੇ ਡਾਊਟਸ ਨੇ ਉਹ ਜ਼ਰੂਰ ਕਲੀਅਰ ਹੋਏ ਨੇ ਮੈਮ ਤਾਂ ਐਂਡ ਦੇ ਵਿੱਚ ਜ਼ਰੂਰ ਥੋੜਾ ਕਮਿੰਗ ਇਨਟੇਕਸ ਬਾਰੇ ਵੀ ਜ਼ਰੂਰ ਦੱਸੋ ਕਿੰਨੇ ਚਿਰ ਪਹਿਲਾਂ ਕਿਹੜੇ-ਕਿਹੜੇ ਇਨਟੇਕਸ ਲਈ ਅਪਲਾਈ ਕੀਤਾ ਜਾ ਸਕਦਾ ਹੁਣ देखो कई कॉलेजेस देते रोलिंग इनटेक है मींस आफ्टर एवरी थ्री मंथ्स ठीक है ना जिदा जैन आ गया मेज़र जेडे इनटेक्स है जेडे गवर्नमेंट कॉलेजेस एंड यूनिवर्सिटीज़ है जैन है एंड जुलाई इनटेक है इन्हों मेज़र क्योंकि ऑस्ट्रेलिया एंड न्यूजीलैंड जुलाई इनटेक चलता है कैनेडा यूएस आयरलैंड सपटेंबर चलता है. ਤੇ ਇਹਨਾਂ ਦਾ ਜਿਹੜਾ ਜੁਲਾਈ ਇਨਟੇਕ ਵੀ ਬਹੁਤ ਨੇੜੇ ਹੈ ਇਟਸ ਨਾਟ ਫਾਰ ਅਵੇ ਜੇ 6 ਮਹੀਨੇ ਪੁਰਾਣੇ ਫੰਡ ਕਰਨੇ ਉਹ ਵੀ ਤੁਹਾਡੇ ਕੋਲ ਟਾਈਮ ਹੈ ਔਰ ਜੇ ਤੁਹਾਡੇ ਕੋਲ ਲੋਨ ਵਗੈਰਾ ਦਾ ਹੈ ਤਾਂ ਤੁਸੀਂ ਜੈਨ ਇਨਟੇਕ ਚ ਅਪਲਾਈ ਕਰ ਸਕਦੇ ਹੋ ਉਹਦੇ ਬਾਅਦ ਸੈਪਟੈਂਬਰ ਵੀ ਮਿਲਦਾ ਹੈ ਬਟ ਜੁਲਾਈ ਚ ਤੁਹਾਨੂੰ ਬਹੁਤ ਜ਼ਿਆਦਾ ਕੋਰਸਸ ਮਿਲਦੇ ਆ ਅਵੇਲੇਬਲ ਜੀ ਠੀਕ ਹੈ ਬਿਲਕੁਲ ਸੋ ਜਿਹੜੇ ਸਟੂਡੈਂਟਸ ਇੰਟਰਸਟਿਡ ਨੇ ਨਿਊਜ਼ੀਲੈਂਡ ਸਟਡੀ ਵੀਜ਼ਾ ਅਪਲਾਈ ਕਰਨ ਦੇ ਲਈ ਤਾਂ ਤੁਸੀਂ ਜ਼ਰੂਰ ਜੋ ਹੈ ਟਾਈਮਲੀ ਸਹੀ ਪ੍ਰੋਸੈਸ ਦੇ ਨਾਲ ਲੱਗੇ ਵਦੋ ਹਲੋ ਵੀ ਕੋਈ ਸਵਾਲ ਕੋਈ ਡਾਊਟ ਹੈ ਜ਼ਰੂਰ ਜਿਹੜਾ ਨੰਬਰ ডিসਪਲੇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨੈਵੀਗੇਟਰ ਓਵਰਸੀਜ਼ ਆਓ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਅਸੈਸਮੈਂਟ ਕਰਵਾਓ ਮੈਮ ਤੋਂ ਰਾਈਟ ਗਾਈਡੈਂਸ ਦੇ ਨਾਲ ਅੱਗੇ ਵਧਦੇ ਹੋਏ ਆਪਣਾ ਵੀਜ਼ਾ ਪ੍ਰੋਸੈਸ ਕੰਪਲੀਟ ਕਰੋ ਤੇ ਆਪਣਾ ਵੀਜ਼ਾ ਹਾਸਲ ਕਰੋ ਤੇ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਨਿਊਜ਼ੀਲੈਂਡ ਸਟੱਡੀ ਵੀਜ਼ਾ ਨੂੰ ਲੈ ਕੇ ਜਿਹੜੇ ਸਟੂਡੈਂਟਸ ਦੇ ਸਵਾਲ ਆਏ ਹੋਏ ਸੀ ਤੁਸੀਂ ਅੱਜ ਕਲੈਰਿਟੀ ਦਿੱਤੀ ਆ ਉਹ ਸਭ ਦੇ ਉੱਪਰ ਸਟੂਡੈਂਟਸ ਨੂੰ ਸੋ ਅਸੀਂ ਸਟੂਡੈਂਟਸ ਲਈ ਅੱਗੋਂ ਵੀ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਨਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ